ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਗੱਲ ਕੀਤੀ ਜਾਵੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਜਾਂ ਵਿਕਰਮਜੀਤ ਸਿੰਘ ਮਜੀਠੀਏ ਦੀ, ਤਾਂ ਅੱਜ ਕੱਲ੍ਹ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਬਾਦਲ ਦਲ ਸੜਕਾਂ ਉੱਤੇ ਉਤਰ ਆਇਆ ਹੈ ਅਤੇ ਜਗ੍ਹਾ ਜਗ੍ਹਾ ਦੇ ਉੱਤੇ ਕਦੀ ਕੈਪਟਨ ਸਰਕਾਰ ਦੇ ਪੁਤਲੇ ਫੂਕਦੇ ਨੇ ਅਤੇ ਕਦੀ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਦੇ। ਹਾਲ ਹੀ ਦੇ ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਜਦੋਂ ਪੁਤਲੇ ਫੂਕੇ ਤਾਂ ਉਦੋਂ ਨਿਹੰਗ ਸਿੰਘਾਂ ਨੇ ਡਟ ਕੇ ਵਿਰੋਧ ਕੀਤਾ ਅਤੇ ਉਸ ਤੋਂ ਬਾਅਦ ਅਗਲੀ ਕਾਨਫਰੰਸ ਦੇ ਵਿੱਚ ਜਦੋਂ ਦੁਬਾਰਾ ਤੋਂ ਅਜਿਹੀ ਹਰਕਤ ਬਾਦਲ ਦਲੀਆਂ ਨੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੇਖੋ ਸਿੰਘਾਂ ਨੇ ਕਿੱਦਾਂ ਭਾਜੜਾਂ ਪਾਈਆਂ। ਹੈਲੋ, ਹਿਜੜੀ ਆ ਤੁਹਾਡੇ ਤਾਂ ਮਾਰ ਦਿਓ ਤੁਸੀਂ, ਉੱਧਰ ਲੈ ਦੇ ਫੋਟੋ ਖਿੱਚ ਆਪਣੇ ਤਾਂ ਹੈਗੀਆਂ ਹੀ ਨੇ, ਹਾਂ ਬਾਹਰ ਉੱਧਰ ਨਹੀਂ ਜਾਣਾ ਆਪਾਂ ਨੂੰ ਖੜ ਕੇ। ਜਦੋਂ ਬਾਦਲਾਂ ਦੀ ਮੰਡੀ ਦੇਖ ਕੇ ਜਿਹੜਾ ਮੂੰਗ ਤਾਰਾਂ ਤਾੜੀਆਂ ਮਾਰਨ ਡਈ ਆ। ਬਹਿ ਜਾਓ ਬਾਈ ਜੀ।
ਆਪਣੇ ਸਿੰਘ ਨੇ ਜਿਹੜੇ ਸੁਖਵੀਰਪਾਲ ਦਾ ਵਿਰੋਧ ਕਰ ਰਹੇ ਨੇ, ਤੁਸੀਂ ਦੇਖ ਸਕਦੇ ਹੋ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਅਗਵਾਈ 'ਚ ਪਹੁੰਚੇ ਨੇ ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਬਾਦਲ ਦੱਲੇ। ਇਹ ਨਹੀਂ ਬਾਦਲ ਕੇ
ਤੁਹਾਡੇ ਮੂਹਰੇ ਖੜੇ ਹੋ ਤੁਸੀਂ ਪਤਾ ਕੀ ਤੁਸੀਂ 500 ਪਿੱਛੇ ਤੇ ਅੰਦਰ ਜਾਣਗੇ ਨਹੀਂ ਉਹ ਜਾਣ ਕਰਨਾ ਕੰਮ ਚੋ ਥੋੜਾ ਪਿੱਛੇ ਹੋ ਜਾਓ ਹੋਰ ਬਹੁਤ ਪਿੱਛੇ ਹੋ ਗਏ ਪਿੱਛੇ ਹੋ ਗਏ ਪਿੱਛੇ ਥੋੜੇ ਹੁਣ ਤਾਂ ਵੀ ਅਸੀਂ ਪਿੱਛੇ ਹੋ ਜਾਈਏ ਹੁਣ ਦੇਖੋ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਪਿੱਛੇ ਦੀ ਬਾਤ ਕਰਕੇ ਆਪਣਾ ਠੰਡਾ ਹੋ ਜਾਂਦਾ ਜੀ ਹਾਂ ਗੁਰੂ ਪਿਆਰੇ ਜੋ ਵੀ ਬੇਅਦਬੀਆਂ ਦੇ ਦੋਸ਼ੀ ਹੈ ਨੇ ਉਹ ਕਦੇ ਵੀ ਬਚਣੇ ਨਹੀਂ ਚਾਹੀਦੇ ਕਿਉਂਕਿ ਬੇਅਦਬੀ ਜਿਸਨੇ ਵੀ ਕੀਤੀ ਹੋਵੇ ਉਹ ਪੂਰੀ ਦੇ ਪੂਰੀ ਕੌਮ ਦਾ ਦੁਸ਼ਮਣ ਹੈ ਇਸ ਕਰਕੇ ਸੂਬੇ ਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਜੇ ਹਿੱਕ ਠੋਕ ਕੇ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਨਾਮ ਲੈ ਕੇ ਇਹ ਗੱਲ ਕਹੀ ਹੈ ਕਿ ਰਣਜੀਤ ਸਿੰਘ ਕਮਿਸ਼ਨ ਇਹ ਚੀਜ਼ ਸ਼ੋ ਕਰਦਾ ਹੈ ਕਿ ਬਾਦਲ ਕਿਤੇ ਨਾ ਕਿਤੇ ਗੁਨੇਗਾਰ ਹੈ ਨੇ ਸੌਦਾ ਸਾਧ ਦੇ ਨਾਲ ਮਿਲ ਕੇ ਉਹਨਾਂ ਨੇ ਕੌਮ ਨੂੰ ਢਾਹ ਲਾਈ ਹੈ ਬੇਅਦਬੀਆਂ ਕਰਵਾਈਆਂ ਨੇ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੈ ਤਾਂ ਕਿਤੇ ਨਾ ਕਿਤੇ ਜਲਦ ਤੋਂ ਜਲਦ ਪਰਚੇ ਦਰਜ ਕਰ ਉਹਨਾਂ 'ਤੇ ਬਣਦੀ ਕਾਰਵਾਈ ਕਰਨੀ ਬਣਦੀ ਹੈ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ